ਗਣਪਤੀ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਮੂਰਤੀ ਵਿਸਰਜਨ ਕਰਦੇ ਇੱਕ 17 ਸਾਲਾਂ ਮੁੰਡਾ ਵੀ ਪਾਣੀ ਦੇ ਵਿੱਚ ਵਹਿ ਗਿਆ, ਜਿਸ ਤੋਂ ਬਾਅਦ ਪਰਿਵਾਰ ਵੀ ਉਸਦੀ ਤਲਾਸ਼ ਵਿੱਚ ਹੈ। ਹਾਲੇ ਤੱਕ ਇਸ ਮੁੰਡੇ ਦਾ ਕੋਈ ਪਤਾ ਨਹੀਂ ਲੱਗਿਆ, ਗੋਤਾਖੋਰ ਵੀ ਉਸਨੂੰ ਤਲਾਸ਼ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੂਰਤੀ ਵਿਸਰਜਨ ਹੋਇਆ ਤਾਂ ਉਸ ਤੋਂ ਬਾਅਦ ਸਾਰਾ ਹੀ ਇਲਾਕਾ ਤੇ ਸਾਰੇ ਲੋਕ ਵਾਪਸ ਮੁੜ ਗਏ, ਪਰ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਲੱਗ ਗਿਆ ਤੇ ਇਸੇ ਦੌਰਾਨ ਤੇਜ਼ ਵਹਾਅ ਦੇ ਵਿੱਚ ਰੁੜ ਗਿਆ, ਜਿਸ ਨੂੰ ਦੋਸਤ ਵੀ ਨਹੀਂ ਬਚਾ ਸਕੇ ਤੇ ਹੁਣ ਤੱਕ ਇਸ ਮੁੰਡੇ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਭਾਖੜਾ ਨਹਿਰ ਦੇ ਵਿੱਚ ਗਣਪਤੀ ਵਿਸਰਜਨ ਦੇ ਦੌਰਾਨ ਪੂਰਾ ਇਲਾਕਾ ਪਹੁੰਚਿਆ ਹੋਇਆ ਸੀ, ਢੋਲ ਢਮਾਕਿਆਂ ਦੇ ਨਾਲ ਬੜੀ ਖੁਸ਼ੀ ਦੇ ਨਾਲ ਨੱਚਦੇ ਹੋਏ ਗੁਣਗਾਨ ਕਰਦੇ ਗਣੇਸ਼ ਜੀ ਦਾ ਇਹ ਪੂਰਾ ਇਲਾਕਾ ਭਾਖੜਾ ਨਹਿਰ ਤੇ ਪਹੁੰਚਿਆ। ਮੂਰਤੀ ਵਿਸਰਜਨ ਕਰਨ ਤੋਂ ਬਾਅਦ ਸਾਰੇ ਲੋਕ ਤੇ ਪਰਿਵਾਰਿਕ ਮੈਂਬਰ ਵੀ ਵਾਪਸ ਮੁੜ ਗਏ, ਪਰ ਇਹ 17 ਸਾਲਾ ਮੁੰਡਾ ਜਿਸਦਾ ਨਾਮ ਆਰੀਅਨ ਸੀ, ਇਹ ਉੱਥੇ ਨਹਿਰ ਦੇ ਵਿੱਚ ਹੀ ਆਪਣੇ ਦੋਸਤਾਂ ਦੇ ਨਾਲ ਨਹਾਉਣ ਲੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ, ਜਿਸ ਨੂੰ ਦੋਸਤ ਕੋਸ਼ਿਸ਼ ਤਾਂ ਕਰਦੇ ਰਹੇ ਬਚਾਉਣ ਦੀ, ਪਰ ਇਹ ਉਸਦਾ ਦੇ ਹੱਥੋਂ ਨਿਕਲ ਗਿਆ, ਜਿਸ ਕਰਕੇ ਹਾਲੇ ਤੱਕ ਇਸ ਨੌਜਵਾਨ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ। ਉਧਰ ਪਰਿਵਾਰ ਵੀ ਰੋ ਰੋ ਬੇਹਾਲ ਹੋ ਗਿਆ ਹੈ, ਮਾਂ ਵੀ ਆਪਣੇ ਪੁੱਤ ਨੂੰ ਰੋਂਦੀ ਹੋਈ ਆਵਾਜ਼ਾਂ ਮਾਰ ਰਹੀ ਹੈ। ਪੁੱਤ ਦੇ ਡੁੱਬਣ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਹਾਲ ਦੇਖੋ ਪਰਿਵਾਰ ਦੇ ਵਿੱਚ ਕੀ ਬਣਿਆ ਹੈ। ਮਾਂ ਜਿਹੜੀ ਹੈ ਲਗਾਤਾਰ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ, ਆਪਣੇ ਪੁੱਤ ਨੂੰ ਪੁਕਾਰ ਰਹੀ ਹੈ ਤੇ ਕਹਿ ਰਹੀ ਹੈ ਕੋਈ ਉਸਦਾ ਪੁੱਤ ਵਾਪਸ ਲਿਆ ਦੇਵੇ। 17 ਸਾਲਾਂ ਮੁੰਡਾ ਆਰੀਅਨ ਜੋ ਕਿ ਆਪਣੇ ਦੋਸਤਾਂ ਦੇ ਨਾਲ ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ 'ਚ ਨਹਾਉਣ ਲੱਗ ਗਿਆ ਤੇ ਇਸ ਵੱਲ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਤੇ ਇਹ ਇਸੇ ਹੀ ਪਾਣੀ ਦੇ ਵਿੱਚ ਤੇਜ਼ ਵਹਾਅ 'ਚ ਰੁੜ ਗਿਆ, ਜਿਸ ਨੂੰ ਹਾਲੇ ਤੱਕ ਤਲਾਸ਼ਿਆ ਜਾ ਰਿਹਾ ਹੈ। ਗੋਤਾਖੋਰ ਵੀ ਲੱਭ ਰਹੇ ਨੇ, ਪਰ ਹਾਲੇ ਤੱਕ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ, ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ, ਜਿੱਥੇ ਖੁਸ਼ੀਆਂ ਦੇ ਨਾਲ ਗਣਪਤੀ ਜੀ ਦਾ ਵਿਸਰਜਨ ਕੀਤਾ ਗਿਆ ਤੇ ਉੱਥੇ ਹੀ ਹੁਣ ਰੋ ਰੋ ਬੇਹਾਲ ਹੋ ਗਿਆ ਇਹ ਸਾਰਾ ਦਾ ਸਾਰਾ ਪਰਿਵਾਰ। ਉਹ ਜੀ ਮੇਰਾ ਭਤੀਜਾ ਸੀਗਾ ਜੀ, ਉਹ ਮੂਰਤੀ ਵਿਸਰਜਨ ਕਰਨ ਗਿਆ ਸੀਗਾ ਤੇ ਉੱਥੇ ਮੂਰਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਨਹਾਉਣ ਲੱਗ ਗਏ ਦੋ ਤਿੰਨ ਮੁੰਡੇ ਜਾ ਕੇ, ਉੱਥੇ ਪਤਾ ਨਹੀਂ ਜੀ ਡੁੱਬ ਗਿਆ ਵਿੱਚ ਨਹਾਉਂਦਾ ਨਹਾਉਂਦਾ। ਹਾਂਜੀ ਨਹੀਂ ਪਤਾ ਕੁਛ ਨਹੀਂ ਲੱਗਿਆ, ਯਾਨੀ ਪੁਲਿਸ ਥਾਣੇ ਗਏ ਹੋਏ ਨੇ, ਘਰ ਦੇ ਸਾਰੇ ਭਰਾ ਮੇਰਾ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਇਆਂ ਤੇ ਪਤਾ ਲੱਗੂ ਵੀ ਕੀ ਕਹਿੰਦੇ ਆ। ਇਹ ਹੁਣ ਹੈ ਜੀ 5 ਕੁ ਵਜੇ ਦੀ ਗੱਲ ਹੋਊਗੀ ਜੀ। ਕਿੰਨੀ ਉਮਰ ਹੈ ਜੀ ਬੱਚੇ ਦੀ? ਉਮਰ 17 ਸਾਲ ਲੱਗਾ ਜੀ। ਸਾਰੇ ਤਲਾਕ ਕਿਵੇਂ ਪਤਾ ਲੱਗਿਆ? ਘਰੇ ਜੀ ਪਤਾ ਨਹੀਂ, ਭਰਜਾਈ ਬਾਅਦ ਚੋਂ ਗਈ, ਭਰਜਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਅਦ 'ਚ ਆਏ ਆ ਫਿਰ ਘਰੇ, ਇਹ ਫਿਰ ਮਗਰ ਗਏ ਨੇ। ਇਹਨਾਂ ਨੇ ਫਿਰ ਜਾ ਕੇ ਦੇਖਿਆ ਵੀ ਉਸ ਟਾਈਮ ਹੋ ਚੁੱਕਾ ਜੀ ਸਾਰਾ ਕੁਛ, ਡੁੱਬਿਆ ਹੋਇਆ ਸੀ ਕਾਕਾ ਵਿੱਚ।